ਫਾਦਰ ਨੇ ਚੜ੍ਹਦਾ ਅਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ, ਸੋ ਨਸ਼ਾ ਕਰਦੇ ਛੱਡਤਾ ਸੀ ਸਾਨੂੰ। ਹਾਂਜੀ, ਹਾਲਾਤ ਤਾਂ ਵੀਰ ਜੀ ਬਹੁਤ ਜ਼ਿਆਦਾ ਮਾੜੇ ਨੇ, ਬਹੁਤ ਜ਼ਿਆਦਾ। ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ। ਸਰ ਉਹ ਨਾ ਦੇ ਪਿਤਾ ਵਾ ਉੱਦਾਂ ਨਹੀਂ ਹੈਗਾ, ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਉਹ ਕਦੇ ਬੱਚਿਆਂ ਨੂੰ ਧੱਕਾ ਨਹੀਂ ਦਿੰਦਾ। ਚਲੋ ਬੱਚਿਆਂ ਨੂੰ ਕਿ ਆਪਣੀ ਘਰ ਵਾਲੀ ਨੂੰ ਉਹਨੇ ਧੱਕਾ ਦਿੰਦਾ। ਚਲੋ ਜੇ ਧੱਕਾ ਦਿੱਤਾ ਵਾ, ਬਾਬਾ ਜੀ ਨੇ ਸਾਨੂੰ ਆਪਣਾ ਦਰ ਦਿੱਤਾ ਸੀ, ਪਰਮਾਤਮਾ ਨੇ ਆਪਣਾ ਪਿਓ ਮੰਨਿਆ, ਉਹਨੇ ਆਪਣੀ ਮਾਂ ਮੰਨਿਆ, ਜਦ ਕਿ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ। ਹਾਲਾਤ ਵੀਰ ਜੀ ਬਹੁਤ ਜ਼ਿਆਦਾ ਮਾੜੇ ਸੀ, ਦਿਹਾੜੀਆਂ ਕਰਨੀਆਂ, ਲੋਕਾਂ ਦੇ ਘਰਾਂ ਦੇ ਕੰਮ ਕਰਨੇ, ਮੱਝਾਂ ਦੀਆਂ ਧਾਰਾਂ ਚੋਣੀਆਂ। ਕਦੇ ਸੋਚਿਆ ਨਹੀਂ ਕਿ ਮੰਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿਮੀਂਦਾਰਾਂ ਦੀ ਧੀ ਹੋ ਕੇ ਇਹ ਕੰਮ ਕਰਨੇ ਪੈਣਗੇ। ਹਾਂਜੀ, ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣ ਤਾਂ ਅਸੀਂ ਕਿਤੇ ਹੋਰ ਸਥਾਨ ਟਿੰਡ ਫੁੜੀ ਚੁੱਕ ਕੇ ਉੱਠ ਕੇ ਤਾਂ ਲੈ ਜਾਵਾਂਗੇ, ਅਤੇ ਪੈਸੇ ਜਾ ਕੇ ਇਕੱਠੇ ਹੋ ਗਾੜੀ ਫਿਰ ਜਾ ਕੇ ਇੱਦਾਂ ਪਾ ਦੇਣਗੇ। ਅਤੇ ਇਸ ਕਰਕੇ ਜੀ ਆਪਾਂ ਬਿਲਕੁਲ ਓਕੇ ਦਾ ਲੈ ਕੇ ਖੜ੍ਹੇ ਹਾਂ। ਤੁਹਾਡੀ ਉਮਰ ਕਿੰਨੀ ਹੈ ਜੀ? ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ, 60 ਹੋ ਹੀ ਗਈ ਗਏ। ਨਹੀਂ ਜੀ ਨਹੀਂ ਜੀ, ਕਿਰਪਾ ਮਾਰੀ ਨਹੀਂ ਹੈਗੇ, ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ। ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ, ਤੁਸੀਂ ਕੀ ਕੰਮ ਕਰਦੇ? ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਅਤੇ ਰੋਟੀ ਪਾਣੀ ਕਰਦੇ ਹਾਂ ਜੀ, ਬਸ ਹੋਰ ਤਾਂ ਆਪਣੇ ਕੋਲ ਕੋਈ ਨਹੀਂ। ਪਹਿਲੀ ਵਾਰ ਠੀਕ ਆ, ਟਾਈਮ ਪਾਸ ਹੁਣ ਜੁਗੀ ਹੈਗੀ ਹੈ। ਸਹੁਰਿਆਂ ਦੀ 11 ਕਿੱਲੇ ਪੈਲੀ ਦੇ ਟਰੈਕਟਰ ਆ ਉਹਨਾਂ ਦੇ ਕੋਲ, ਦੋ ਦੁਕਾਨਾਂ ਸਾਲੇ ਮਿਲਣ ਦੀਆਂ, ਹਰਚੋਵਾਲ ਸ਼ਹਿਰ ਦੇ ਵਿੱਚ ਆ, ਗੁਰਮੀਤ ਸਿੰਘ ਔਰ ਰਿੰਕੂ, ਇੱਕ ਦੀ ਪੈਟਰੋਲ ਪੰਪ ਦੇ ਸਾਹਮਣੇ ਆ ਦੁਕਾਨ, ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ। ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ? ਨਾ ਜੀ ਨਾ ਜੀ, ਇਹ ਤਾਂ ਜਲੇਮ ਲੱਗ ਰਹੇ ਜੀ, ਜਿਵੇਂ ਹੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ। ਵੱਖ ਹੋਣ ਦਾ ਕਾਰਨ ਕੀ ਸੀ? ਵੱਖ ਉਹ ਹੀ ਤੁਹਾਨੂੰ ਦੱਸਿਆ ਗਿਆ, ਬਲਵਿੰਦਰ ਸਿੰਘ ਬਿੱਲਾ ਸੀਗਾ ਨਾਗੋ ਵਾਲੀਆ, ਉਹਨਾਂ ਹੀ ਬੇੜਾ ਗਰ ਕਰ ਦਿੱਤਾ ਜੀ, ਆਪ ਕਨੇਡਾ ਜਾ ਵੜੇ ਦੋਵੇਂ ਜੀ। ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ? ਦੋ ਛੱਜਲਵੱਡੀ ਦੇ ਸੀ ਇੱਥੋਂ ਦੇ ਸੀ ਆਪਣੇ ਦੇ ਮਲੀਆਂ ਦੇ, ਅਤੇ ਇੱਕ ਹੈਗਾ ਸੀਗਾ ਖਡੂਰ ਸਾਹਿਬ ਦਾ, ਇੱਕ ਹੈਗਾ ਛੱਜਲਵੱਡੀ ਦਾ ਹਲਵਾਈ। ਇਹਨਾਂ ਜਣਿਆਂ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਣਦਾ ਸੱਚੇ ਪਾਤਸ਼ਾਹ, ਆਪਾਂ ਨਹੀਂ ਇਹਨਾਂ ਕੋਲ ਬਿਆਨ ਕਰ ਸਕਦੇ। ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਕੁੱਟਦੇ ਰਹੇ ਹੋ, ਵਾਹਿਗੁਰੂ, ਭੰਗ ਦੇ ਪਕੌੜੇ ਖਾਂਦੇ ਰਹੇ ਹੋ, ਸੱਚਾਈ ਕੀ ਗੱਲਬਾਤ ਕੋਈ? ਨਾ ਜੀ, ਨਾ ਕਦੀ ਨਸ਼ਾ ਕੀਤਾ ਅਤੇ ਨਾ ਨਾ ਕੋਈ ਨਸ਼ਾ ਕੀਤਾ ਅਤੇ ਨਾ ਆਪਾਂ ਖਾਧਾ ਨਸ਼ਾ। ਆਪਾਂ ਇਹ ਆਉਂਦੇ ਹਾਂ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ, ਇੱਧਰ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉੱਥੇ ਆਟੋ 'ਚ ਪਾ ਕੇ ਲੈ ਜੂੰਗਾ, ਅਤੇ ਗੁਰੂ ਗ੍ਰੰਥ ਸਾਹਿਬ 'ਤੇ ਗਾੜੀ ਸਹੁੰ ਖਾ ਲੈਣ ਕਿ ਹਰਜਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ। ਪੈਸਿਆਂ ਦਾ ਫਰੋਡ ਕਰਕੇ ਫਰੋਡ ਵੱਜਣ ਡਿਆ ਕਿ ਬਾਹਰੋਂ ਪੈਸੇ ਆਉਣ ਡੇ ਪਏ, ਲੱਖ ਮਨਿੰਦਰ ਸਿੰਘ ਮੰਨੇ ਨੇ ਦੇਤਾ, ਲੱਖ ਰੁਪਇਆ ਉਹਨਾਂ ਦੇਤਾ, ਲੱਖ ਰੁਪਇਆ ਚੂਕੇ ਤੋਂ ਆ ਗਿਆ, ਬਿੱਲਾ ਵਾ ਖਿਡਾਰੀ ਦੇ ਕਿਉਂ ਉਹਦਾ ਦੋਸਤ ਆ, ਉਹਨਾਂ ਲੱਖ ਉਹਨਾਂ ਭੇਜਤਾ, ਹੋਰ ਵੀ ਬੰਦਿਆਂ ਨੇ ਪੈਸੇ ਭੇਜੇ ਆ ਸੁਖਣਾ। ਇਹ ਤਾਂ ਜੀ ਪਰਮੇਸ਼ਰ ਨੂੰ ਪਤਾ, ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਜਿਹੜਾ ਮੇਰੇ ਨਾਲ ਹੱਥ ਕਰੀ ਜਾਂਦੇ, ਮੈਂ ਤਾਂ ਕੁਛ ਆਉਂਦਾ ਨਹੀਂ। ਉਹਦੇ ਕਿਰਪਾ ਜੇ ਮਹਾਰਾਜ ਦੀ। ਅੱਛਾ ਜੀ, ਉਹ ਕਹਿੰਦੇ ਹੁਣ ਤਾਂ 1000 ਰੁਪਇਆ ਦਿਹਾੜੀ ਹੋ ਗਈ, ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ। ਨਹੀਂ ਨਹੀਂ, ਇਹ ਦੱਸਾਂ ਚੇਤਾ ਕਿੱਦਾਂ ਆ, ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂ ਕਿ ਨਸ਼ਾ ਕਰਦਾ ਸੀ, ਮਰ ਗਿਆ ਵਾ 2 ਸਾਲ ਹੋ ਗਏ ਆ, ਫਿਰ ਮੈਂ ਸਿਰਫ ਇਹੋ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਹੈ, ਜੇ ਮੈਂ ਜਦੋਂ ਮੈਂ ਮਰਿਆ ਫਿਰ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ, ਲੋਕਾਂ ਨੂੰ ਦੱਸ ਹੀ ਦੇਣਾ ਕਿ ਬਾਬਾ ਜੀ ਨਾ ਮਰ ਗਿਆ, ਮੈਂ ਬਾਬਾ ਜੀ ਹੁੰਦਾ ਜੇ ਜਿੰਦਾ ਜਾਗਦਾ ਵਾ, ਅਤੇ ਮੈਂ ਕਿਹਾ ਕਿ ਮਿਸਾਲ ਖੜੀ ਕੀਤੀ, ਨਹੀਂ ਤਾਂ ਮੈਂ ਕੋਈ ਨਹੀਂ ਹਾਂ ਵੀਡੀਓ ਬਣਾਉਣੀ ਚਾਹੁੰਦਾ। ਮਾਤਾ ਜੀ ਨੂੰ ਹੀ ਸਾਂਭਦੇ ਜੇ? ਹਾਂਜੀ, ਲੈਟਰੀਨ ਬਾਥਰੂਮ ਸਭ ਹੀ ਕਰਾਉਂਦੇ ਹਾਂ, ਆਟੋ ਤੋਂ ਮੈਂ ਗੁਜ਼ਾਰਾ ਆਪਣਾ ਕਰਦਾ। ਮਾਤਾ ਜੀ ਦਾ ਚੂਲਾ ਕਿਸ ਤਰ੍ਹਾਂ ਟੁੱਟਿਆ? ਉਹਨੇ ਬੂਟਾਂ ਨਾਲ ਠੁੱਡ ਮਾਰ ਮਾਰ ਕੇ, ਫਿਰ ਨਲਾਂ ਦੇ ਲਾਗੇ ਠੁੱਡ ਮਾਰਿਆ ਅਤੇ ਹੱਡੀ ਕਰੈਕ ਭੈਣ ਹੋ ਗਈ। 1.5 ਲੱਖ ਰੁਪਇਆ ਹੁਣ ਮੰਗਦੇ ਹੀ ਇਹਦਾ ਚੂਲਾ ਪਾਉਣ ਦਾ। 12 ਹਸਪਤਾਲਾਂ 'ਚ ਮੈਂ ਉਹ ਗਿਆ, ਕਿੱਥੇ? ਜਲੰਧਰ ਕੈਂਡੀ ਹਸਪਤਾਲ,
ਬਾਈਪਾਸ ਦੇ ਪਠਾਨਕੋਟ ਦੇ, ਇੱਥੇ ਭਲੱਥ, ਇੱਥੇ ਆਪਣੇ ਤਰਨ ਤਾਰਨ ਬਾਬਾ ਜੀ ਦੇ ਹਸਪਤਾਲ, ਫਿਰ ਬਿਆਸ, ਫਿਰ ਇੱਥੇ ਹੈਗਾ ਮੀਤ ਹਸਪਤਾਲ, ਫਿਰ ਬਟਾਲੇ ਹਸਪਤਾਲ, ਸਾਰਿਆਂ ਤੋਂ ਹੋ ਗਿਆ ਹੱਥ ਪਾਲਾ ਜੋੜੇ, ਕਹਿੰਦੇ ਬਾਬਾ ਜੀ ਇਹਦਾ ਭੋਗ ਪੈ ਜਾਣਾ ਜੇ ਤੁਸੀਂ ਪ੍ਰੇਸ਼ਨ ਕਰਾ ਲਿਆ ਤੇ 1.5 ਲੱਖ ਲੈ ਆਓ, ਚੂਲਾ ਤੁਹਾਡਾ ਬਣਾ ਦਾਂਗੇ। ਜਿਹੜਾ ਉਹਨਾਂ ਨੇ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ? ਉਹਦੇ ਵਿੱਚ ਧੀ ਜਵਾਨ ਆ, ਉਹ ਤਾਂ ਗਲਤ ਆ, ਗਲਤ ਕੰਮ ਆ। ਕੋਈ ਸਿਲਾਈ ਦਾ ਕੰਮ ਕਰਦੀ ਆਪਣਾ ਪਾਰਲਰ ਦੀ ਦੁਕਾਨ ਘਰ ਖੋਲ੍ਹ ਲੈਂਦੀ, ਉਹ ਵੈ ਠੀਕ ਸੀ। ਇਹ ਰੋਡ ਦੇ ਉੱਤੇ ਕੁੜੀ ਉਹਨਾਂ ਨੂੰ ਚਾਹ ਬਣਾਉਂਦੀ ਆ, ਅਤੇ ਅਸੀਂ ਹੁਣ ਮਨ 'ਚ ਸੋਚਦੇ ਹਾਂ ਤਾਂ ਬੜਾ ਕੰਮ ਖਰਾਬ ਆ ਕਿ ਅੱਜ ਕੱਲ੍ਹ ਰਿਵਾਜ਼ ਆ ਚੌਕੇ ਵਿੱਚ ਮਾਰ ਗਿਆ ਕੋਈ, ਤਾਂ ਕੀ ਕਰਾਂਗੇ, ਕਿੱਥੋਂ ਧੀ ਲੱਭਾਂਗੇ ਆਪਾਂ? ਭਾਵੇਂ ਉਹਦੇ ਕੋਲ ਤਾਂ ਭਾਵੇਂ ਮੇਰੇ ਕੋਲ ਆ, ਬੇਦਖਲ ਕਰਦੀ ਨੂੰ ਕੀਤਾ ਇਕੱਲੀ ਨੂੰ, ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ। ਅੱਛਾ ਜੀ, ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ? ਦਿਲੋਂ ਅਸੀਂ ਦਿਲੋਂ ਕਰਦੇ ਹਾਂ ਪਿਆਰ, ਆਹੋ ਅਸੀਂ ਰੋ ਕੇ ਜਾਂਦੇ ਹਾਂ ਇੱਦੋਂ ਆਪਣੀ ਕੁੜੀ ਨੂੰ, ਕੋਮਰੀ ਕੌਰ ਬੇਟੀ ਅਤੇ ਕੋਮ ਆਪਣਾ ਰਾਜਪ੍ਰੀਤ ਸਿੰਘ ਲੜਕਾ, ਉਹ ਵੇਹਣਾ ਮੈਂ ਜਦੋਂ ਭਾਂਡੇ ਧੋਦਾ, ਅਸੀਂ ਭੈ ਆਟੋ ਚਲਾ ਕੇ ਗਿਆ ਕਰਦੇ ਤਾਂ ਤੁਸੀਂ ਭਾਂਡੇ ਮਾਂਜਣੇ ਲੋਕਾਂ 'ਚ ਉੱਠੇ, ਅੰਮ੍ਰਿਤਧਾਰੀ ਸਿੰਘ ਆਪਾਂ ਸਾਰੇ, ਜ਼ਮੀਨ ਵੈਸੇ ਤਿੰਨ ਕਿੱਲੇ ਹੈਗੀ ਆ, ਟਾਈਮ ਪਾਸ ਹੋ ਹੀ ਜਾਂਦਾ ਜੀ, ਕਰਜ਼ਾ ਬਹੁਤ ਜ਼ਿਆਦਾ ਨਾ, ਸਿਰ 'ਤੇ ਵੱਡਾ ਭਰਾ ਚੜਾ ਗਿਆ, ਰੋਟੀ ਆਪ ਪਕਾਉਂਦੇ ਹਾਂ, ਚਾਹ ਆਪ, ਲੈਟਰੀਨ ਬਾਥਰੂਮ ਮਾਤਾ ਮੈਂ ਕਰਾਉਣਾ, ਕਿਸੇ ਵੇਲੇ 12 ਵਜੇ ਠਾ ਦਿੰਦੀ ਆ, ਕਿਸੇ ਵੇਲੇ ਤੜਕੇ 4 ਵਜੇ ਲੀੜੇ ਕੱਪੜਾ ਉਹਦਾ ਧੋਣਾ, ਉਹਨੂੰ ਮੈਂ ਨਹਾਉਂਦਾ ਆਪ, ਕਸ਼ਹਿਰੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ। ਦੇਖੋ